ਸਤਿ ਸ਼੍ਰੀ ਅਕਾਲ ਜੀ। ਅੱਜ ਜੌਲੀ ਰੈਫਰੀਜਰੇਸ਼ਨ ਤੋਂ ਇੱਕ ਵਾਰੀ ਨਹੀਂ ਦੂਜੀ ਵਾਰੀ ਤੁਹਾਡੇ ਸਾਹਮਣੇ ਆਇਆ ਤੇ ਆਉਣ ਦਾ ਕਾਰਨ ਤੁਹਾਨੂੰ ਦੱਸ ਦਿੰਦਾ ਕਿ ਅੱਜ ਇੱਕ ਛੋਟਾ ਜਿਹਾ ਰਿਵਿਊ ਕਰਨ ਦਾ ਮੇਰਾ ਬਹੁਤ ਦਿਲ ਸੀ ਤੇ ਮੈਂ ਚਾਹੁੰਦਾ ਸੀ ਕਿ ਉਹ ਰਿਵਿਊ ਤੁਹਾਡੇ ਨਾਲ ਸਾਂਝਾ ਕਰਾਂ। ਉਹ ਰਿਵਿਊ ਇੱਕ ਇਹੋ ਜਿਹੇ ਬ੍ਰਾਂਡ ਬਾਰੇ ਹੈ ਜੋ ਕਿ ਅੱਜ ਦੀ ਡੇਟ ਦੇ ਵਿੱਚ ਇੱਕ ਬਹੁਤ ਜ਼ਰੂਰੀ ਅੰਗ ਬਣ ਗਿਆ ਆਪਣੇ ਘਰ ਦਾ। ਉਹ ਅੰਗ ਹੈ ਜੀ ਟੀਵੀ। ਟੀਵੀ ਅੱਜ ਦੀ ਡੇਟ ਦੇ ਵਿੱਚ ਸੇਮ ਉਹੀ ਥਾਂ ਲੈ ਗਿਆ ਜੋ ਕਿਸੇ ਟਾਈਮ ਸਾਡੇ ਘਰ ਦੇ ਵਿੱਚ ਰੇਡੀਓ ਦਾ ਹੁੰਦਾ ਸੀ, ਜੋ ਸਾਡੇ ਘਰ ਵਿੱਚ ਕਿਸੇ ਟਾਈਮ ਖੇਡਾਂ ਦਾ ਹੁੰਦਾ ਸੀ, ਅੱਜ ਦੀ ਡੇਟ ਦੇ ਵਿੱਚ ਉਹ ਜਗ੍ਹਾ ਟੀਵੀ ਨੇ ਲੈ ਲਈ ਹੈ। ਕਿਉਂਕਿ ਅਮੂਮਨ ਹਰ ਵਰਗ ਦਾ ਬੰਦਾ, ਚਾਹੇ ਉਹ ਸਾਡੇ ਘਰ ਦਾ ਬਜ਼ੁਰਗ ਹੈ ਜਾਂ ਸਾਡੇ ਘਰ ਦਾ ਬੱਚਾ ਹੈ ਜਾਂ ਸਾਡੇ ਘਰ ਦੀ ਮਿਡਲ ਏਜ ਲੇਡੀਜ਼ ਨੇ, ਉਹ ਸਾਰੀਆਂ ਹੀ ਟੀਵੀ ਨੂੰ ਬਹੁਤ ਪਸੰਦ ਕਰਦੀਆਂ। ਹਰ ਯੁੱਗ ਦਾ, ਹਰ ਸਮੇਂ ਦਾ ਆਪਣਾ ਆਪਣਾ ਪ੍ਰੋਗਰਾਮ ਹੈ। ਕੋਈ ਕ੍ਰਿਕਟ ਦੇਖਦਾ ਤੇ ਕੋਈ ਯੋਗਾ ਕਲਾਸਿਸ ਪਸੰਦ ਕਰਦਾ, ਕੋਈ ਉਹਦੇ ਵਿੱਚ ਕੋਈ ਚੀਜ਼ ਦੇਖਣੀ ਪਸੰਦ ਕਰਦਾ, ਕੋਈ ਉਹਦੇ 'ਚ ਫਿਲਮ ਦੇਖਣੀ ਪਸੰਦ ਕਰਦਾ, ਕੋਈ ਗਾਣੇ ਦੇਖਣੇ ਪਸੰਦ ਕਰਦਾ। ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰਦਾ ਹੋਇਆ ਤੁਹਾਨੂੰ ਦੱਸਾਂਗਾ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਕਸਟਮਰ ਆਉਂਦਾ ਤੇ ਕਸਟਮਰ ਨੂੰ ਬਹੁਤ ਤਰ੍ਹਾਂ ਦੇ ਕਨਫਿਊਜ਼ਨਸ ਹੁੰਦੇ ਨੇ ਕਿ ਇੰਨੀ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਟੀਵੀ ਆ ਗਏ ਆ ਕਿ ਮੈਂ ਕਿਹੜਾ ਟੀਵੀ ਲਵਾਂ। ਤੇ ਟੀਵੀ ਦਾ ਐਕਸਪੀਰੀਅੰਸ ਬੈਟਰ ਕਰਨ ਲਈ ਉਹ ਕਦੀ ਗੂਗਲ ਦੇ ਉੱਤੇ ਟੱਕਰਾਂ ਮਾਰਦਾ ਹੈ ਤੇ ਕਦੇ ਕਿਸੇ ਦੀ ਦੁਕਾਨ ਦੇ ਉੱਤੇ ਜਾਂਦਾ ਹੈ, ਕਦੀ ਆਨਲਾਈਨ ਚੈੱਕ ਕਰਦਾ ਹੈ, ਜੋ ਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਬਹੁਤ ਹੀ ਗਲਤ ਮਾਧਿਅਮ ਹੈ। ਕਿਉਂਕਿ ਆਨਲਾਈਨ ਤੁਹਾਨੂੰ ਕਦੀ ਵੀ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਦੇ ਸਕਦਾ ਜੋ ਕਿ ਤੁਹਾਡੇ ਲਈ ਬੈਟਰ ਜਾਂ ਬੈਡ ਹੋਵੇ। ਕਿਉਂਕਿ ਅਗਰ ਉਹ ਬੈਟਰ ਨਿਕਲਿਆ ਤਾਂ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ, ਜੇ ਬੈਡ ਨਿਕਲਿਆ ਤਾਂ ਤੁਸੀਂ ਕਿਸੇ ਨੂੰ ਡਾਂਟ ਨਹੀਂ ਸਕਦੇ। ਇਸ ਕਰਕੇ ਮੈਂ ਹਮੇਸ਼ਾ ਕਹਿੰਦਾ, ਆਪਣੇ ਨੀਅਰ ਬਾਏ ਔਰ ਆਪਣੇ ਜਾਣਕਾਰ ਕਾਊਂਟਰ ਦੇ ਉੱਤੇ ਅਗਰ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਅੱਛਾ ਰਿਵਿਊ ਮਿਲਦਾ। ਉਹਦਾ ਕਾਰਨ, ਕੋਈ ਵੀ ਸਿਆਣਾ ਤੇ ਸੂਝਵਾਨ ਜਿਹੜਾ ਦੁਕਾਨਦਾਰ ਹੈ, ਉਹ ਤੁਹਾਨੂੰ ਕਦੇ ਵੀ ਮਾੜੀ ਸਲਾਹ ਨਹੀਂ ਦਿੰਦਾ। ਮੇਰੇ ਖਿਆਲ ਨਾਲ ਕੋਈ ਵੀ ਅੱਛਾ ਦੁਕਾਨਦਾਰ ਨਹੀਂ ਚਾਹੁੰਦਾ ਕਿ ਉਹਦਾ ਕਸਟਮਰ ਖਰਾਬ ਹੋਵੇ ਤੇ ਉਹਦਾ ਕਸਟਮਰ ਉਹਦੀ ਦਿੱਤੀ ਹੋਈ ਜਾਣਕਾਰੀ ਦੇ ਅਨੁਸਾਰ ਚੀਜ਼ ਲਿਜਾ ਕੇ ਖਰਾਬ ਹੋਵੇ। ਕਿਉਂਕਿ ਉਹ ਹਮੇਸ਼ਾ ਆਪਣੇ ਕਸਟਮਰ ਨੂੰ ਬੈਟਰ, ਬੈਟਰ ਐਂਡ ਬੈਟਰ ਦੇਣਾ ਚਾਹੁੰਦਾ। ਤੇ ਅੱਜ ਆਪਾਂ ਇੱਕ ਇਹੋ ਜਿਹੇ ਬ੍ਰਾਂਡ ਬਾਰੇ ਰਿਵਿਊ ਕਰਦੇ ਹਾਂ। ਦੇਖੋ, ਮੇਰਾ ਆਲ ਟਾਈਮ ਫੇਵਰੇਟ ਅਗਰ ਮੈਂ ਮੰਨ ਕੇ ਚੱਲਾਂ ਤਾਂ ਬ੍ਰਾਂਡਸ ਦੇ ਵਿੱਚ ਸੋਨੀ ਹੈ। ਦੁਨੀਆ ਦੇ 73 ਮੁਲਕਾਂ ਦੇ ਵਿੱਚ ਸੋਨੀ ਟੌਪ ਤੇ ਹੈ। 20-25 ਮੁਲਕ ਤਾਂ ਮੈਂ ਦੇਖ ਆਇਆ ਜੀ ਜਿੱਥੇ ਉਹ ਟੌਪ ਬ੍ਰਾਂਡ ਹੈ, ਜਿੱਥੇ ਲਿਸਟਡ ਉਹਦੀ ਕੋਈ ਜਗ੍ਹਾ ਨਹੀਂ ਲੈ ਸਕਦਾ। ਪਰ ਕਈ ਵਾਰੀ ਕੀ ਹੁੰਦਾ, ਸਾਡਾ ਬਜਟ ਅਕੋਰਡਿੰਗ ਟੂ ਅਦਰ ਬ੍ਰਾਂਡਸ ਥੋੜ੍ਹਾ ਜਿਹਾ ਘੱਟ ਵੱਧ ਹੁੰਦਾ ਤੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਕੋਈ ਅਦਰ ਇਹੋ ਜਿਹਾ ਬ੍ਰਾਂਡ ਲਈਏ ਜਿਹਦਾ ਪ੍ਰਾਈਸ ਵੀ ਘੱਟ ਹੋਵੇ ਤੇ ਜਿਹਨੂੰ ਆਪਾਂ ਕੰਪੇਅਰ ਟੂ ਸੋਨੀ ਬੈਟਰ ਕਹਿ ਸਕੀਏ। ਤੇ ਅੱਜ ਮੈਂ ਕਿਹੋ ਜਿਹੇ ਬ੍ਰਾਂਡ ਦਾ ਰਿਵਿਊ ਕਰਨ ਜਾ ਰਿਹਾ ਵਾ ਜੀ, ਹਾਈਸੈਂਸ। ਹਾਈਸੈਂਸ ਬ੍ਰਾਂਡ ਦੁਨੀਆ ਦੀ ਹਰੇਕ ਕੰਟਰੀ ਦੇ ਵਿੱਚ ਪਾਏ ਜਾਣ ਵਾਲਾ ਬ੍ਰਾਂਡ ਹੈ। ਇਹਦੇ ਬਾਰੇ ਮੈਂ ਤੁਹਾਨੂੰ ਛੋਟੀਆਂ ਜਿਹੀਆਂ ਗੱਲਾਂ ਦੱਸਣਾ ਚਾਹਾਂਗਾ। ਕਈ ਮਿੱਥ ਹੈਗੇ ਨੇ ਇਹਦੇ ਬਾਰੇ। ਇਹ ਗਲੋਬਲ ਨੰਬਰ 2 ਬ੍ਰਾਂਡ ਹੈ, ਦੁਨੀਆ ਦਾ ਨੰਬਰ 2 ਬ੍ਰਾਂਡ, ਠੀਕ ਹੈ ਜੀ। ਆਪਣੇ ਉੱਤੇ ਕੌਨਫੀਡੈਂਸ ਦਾ ਲੈਵਲ ਅਗਰ ਮੈਂ ਤੁਹਾਨੂੰ ਦੱਸਾਂ ਤਾਂ 3 ਸਾਲ ਦੀ ਵਾਰੰਟੀ। ਕੌਨਫੀਡੈਂਸ ਦਾ ਲੈਵਲ ਹੋਣਾ ਹੀ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਕੌਨਫੀਡੈਂਸ ਹੈ। ਸਰਵਿਸ ਅਗਰ ਆਪਾਂ ਸੈਟਅਪ ਦੇਖੀਏ ਤਾਂ ਬਹੁਤ ਬੈਟਰ ਹੈ ਇਹਦਾ। 3 ਸਾਲ ਦੀ ਇਹਦੀ ਵਾਰੰਟੀ ਆਪਾਂ ਨੂੰ ਮਿਲ ਜਾਏਗੀ। ਗਲੋਬਲ ਨੰਬਰ 2 ਬ੍ਰਾਂਡ ਹੈ। ਇਹਦੇ ਵਿੱਚ ਇਹਨਾਂ ਨੇ ਇੱਕ ਨਵਾਂ ਟੀਵੀ ਜੋ ਗੂਗਲ ਟੀਵੀ ਕਿਊ LED ਲਾਂਚ ਕੀਤਾ ਹੈ, ਉਹ 65 ਇੰਚੀ, 55 ਇੰਚੀ, 50 ਇੰਚੀ ਤੇ 43 ਇੰਚੀ, ਇਹ ਤੁਹਾਨੂੰ ਸਾਰੇ ਸਾਈਜ਼ ਵਿੱਚ Q LED ਅਵੇਲੇਬਲ ਹੋ ਜਾਏਗੀ। Q LED ਜੋ ਕਿ ਅੱਜ ਦੀ ਡੇਟ ਦੇ ਵਿੱਚ ਹਰ ਬੰਦੇ ਦੀ ਇਹ ਸੋਚ ਹੈ ਵੀ ਉਹ ਆਪਣੇ ਟੀਵੀ ਔਰ ਆਪਣੀ ਆਈਜ਼ ਦੇ ਐਕਸਪੀਰੀਅੰਸ ਨੂੰ ਬੈਟਰ ਕਰੇ। ਔਰ ਖਾਸ ਤੌਰ 'ਤੇ ਅੱਜ ਦੀ ਡੇਟ 'ਚ ਅਗਰ ਕੋਈ ਵੀ ਚੀਜ਼ ਆਪਾਂ ਜਾਣਕਾਰੀ ਚਾਹੁੰਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਕਿਹਦੇ 'ਚ ਜਾਂਦੇ ਹਾਂ ਜੀ, ਗੂਗਲ 'ਚ। ਤੇ ਇਹ ਟੀਵੀ ਗੂਗਲ ਟੀਵੀ ਹੈ।
ਗੂਗਲ ਟੀਵੀ ਤੋਂ ਮੇਰੀ ਮੁਆਤਿਸ ਹੈ ਜੀ ਕਿ ਇਹ ਟੀਵੀ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੀਵੀ ਦੇ ਉੱਪਰ ਹੀ ਉਹ ਐਪਲੀਕੇਸ਼ਨ ਮਿਲ ਜਾਏਗੀ। ਅਪਡੇਸ਼ਨ ਵਰਜ਼ਨ ਨਾਲ ਦੀ ਨਾਲ ਜੋ ਵੀ ਆਲ ਓਵਰ ਆਏਗਾ ਉਹ ਤੁਹਾਡੇ ਟੀਵੀ ਦੇ ਵਿੱਚ ਆਪੇ ਹੁੰਦਾ ਰਹੇਗਾ। ਤੁਹਾਡਾ ਟੀਵੀ ਕਦੀ ਵੀ ਪੁਰਾਣਾ ਨਹੀਂ ਹੋਏਗਾ, ਉਹਦੀ ਐਪਲੀਕੇਸ਼ਨ ਆਉਂਦੀਆਂ ਰਹਿਣਗੀਆਂ। ਤੁਸੀਂ ਪਲੇ ਸਟੋਰ ਤੇ ਜਾ ਕੇ ਆਪਣੇ ਵੱਲੋਂ ਵੀ ਨਵੀਆਂ ਐਪਲੀਕੇਸ਼ਨ ਇਹਦੇ ਵਿੱਚ ਐਡ ਕਰਦੇ ਰਹੋਗੇ। ਇਸ ਟੀਵੀ ਬਾਰੇ ਹੋਰ ਦੱਸਾਂ ਤਾਂ ਜਿਹੜੇ ਬੱਚੇ ਗੇਮਿੰਗ ਖੇਡਣ ਦੇ ਬਹੁਤ ਸ਼ੌਕੀਨ ਹੈ, ਅੱਜ ਕੱਲ੍ਹ PS5 ਮੇਰਾ ਖਿਆਲ ਹਰ ਬੱਚੇ ਦੀ ਸ਼ਾਨ ਤੇ ਜਾਨ ਬਣੀ ਹੋਈ ਹੈ, ਤੇ ਜਿਹੜੇ ਬੱਚੇ ਇਹਦੇ ਵਿੱਚ ਗੇਮਿੰਗ ਖੇਡਣਾ ਚਾਹੁੰਦੇ ਆ ਤੇ ਇਹਦੇ ਗੇਮਿੰਗ ਮੋਡ ਦੇ ਵਿੱਚ ਜਾ ਕੇ ਉਹਨਾਂ ਨੂੰ ਲੈਟ ਡਾਊਨ ਨਹੀਂ ਹੋਣਾ ਪਏਗਾ, ਕਿਉਂਕਿ ਇਹਦਾ ਜਿਹੜਾ ਗੇਮ ਪ੍ਰੋਸੈਸਰ ਹੈ ਉਹ ਬਹੁਤ ਹੀ ਅੱਛਾ ਹੈ। ਕਲਰ ਕੰਟਰਾਸਟ ਦੀ ਗੱਲ ਕਰੀਏ ਤਾਂ 20 ਲੱਖ ਕਲਰ ਕੰਟਰਾਸਟ ਹੈ, ਬਹੁਤ ਅੱਛੇ ਕਲਰ ਕੰਟਰਾਸਟ ਹੈ ਇਹਦੇ। ਦੂਜਾ ਚੀਜ਼ ਅਗਰ ਆਪਾਂ ਇਹਦੀ ਪੈਨਲ ਦੀ ਗੱਲ ਕਰੀਏ ਤਾਂ IPS ਬੋਡੀ ਹੈ ਔਰ ਬਹੁਤ ਹੀ ਜ਼ਿਆਦਾ ਅੱਛੀ ਕੁਆਲਿਟੀ ਦੀ ਬੋਡੀ ਹੈ, ਆਮ ਨੋਰਮਲ ਪਲਾਸਟਿਕ ਨਹੀਂ ਲੱਗਾ ਹੋਇਆ, ਐਜ ਟੂ ਐਜ ਪੈਨਲ ਹੈ ਜੀ ਟੋਟਲ, ਠੀਕ ਹੈ ਜੀ। ਔਰ ਫਾਰ ਬਿਲਡ ਵੋਇਸ ਕੰਟਰੋਲ, ਇਹਦੇ ਵਿੱਚ ਵੋਇਸ ਕੰਟਰੋਲ ਦੀ ਜਿਹੜੀ ਆਪਸ਼ਨ ਦਿੱਤੀ ਹੋਈ ਹੈ ਉਹ ਤੁਸੀਂ ਸਿੱਧਾ ਮਾਈਕ ਦੇ ਥਰੂ ਵੀ ਕਰ ਸਕਦੇ ਹੋ ਔਰ ਸਿੱਧਾ ਬੋਲ ਕੇ ਵੀ ਕਰ ਸਕਦੇ ਹੋ। ਰਿਮੋਟ ਫਾਈਂਡਰ ਦਾ ਆਪਸ਼ਨ ਦਿੱਤਾ ਹੋਇਆ ਤਾਂ ਕਿ ਤੁਸੀਂ ਰਿਮੋਟ ਅਗਰ ਤੁਹਾਡਾ ਕਿਤੇ ਗੁੰਮ ਜਾਂਦਾ ਜਾਂ ਕਿਤੇ ਇੱਧਰ ਉੱਧਰ ਪਿਆ ਰਹਿ ਜਾਂਦਾ ਤੇ ਤੁਸੀਂ ਰਿਮੋਟ ਨੂੰ ਫਾਈਂਡ ਕਰ ਸਕਦੇ ਹੋ। ਬਾਕੀ ਇਹਦੇ ਵਿੱਚ 3 HDMI ਦਿੱਤੇ ਹੋਏ ਆ। ਅਗਰ ਤੁਸੀਂ ਆਪਣੇ ਵਾਈਫਾਈ ਵਾਲੇ ਨੈਟਵਰਕ ਤੋਂ ਖੁਸ਼ ਨਹੀਂ ਹੈਗੇ ਤਾਂ ਤੁਸੀਂ ਇਹਦੇ 'ਚ ਵਾਇਰ ਵਾਲਾ ਨੈਟਵਰਕ ਵੀ ਅਵੇਲ ਕਰ ਸਕਦੇ ਹੋ, ਇਹਦੇ 'ਚ ਉਹ ਵੀ ਲੈਨ ਕੇਬਲ ਦਿੱਤੀ ਹੋਈ ਹੈ। ਬਹੁਤ ਹੀ ਅੱਛੇ ਆਪਸ਼ਨਸ ਨਾਲ ਆਉਂਦਾ, ਕਿਸੇ ਵੀ ਪਾਸੇ ਕੋਈ ਇਹੋ ਜਿਹੀ ਚੀਜ਼ ਨਹੀਂ ਕੀਤੀ ਹੋਈ ਜਿਹਦੇ 'ਚ ਕਿ ਟੀਵੀ ਨੇ ਕੁਛ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਟੀਵੀ ਦੇ ਵਿੱਚ ਜਿੰਨੇ ਵੀ ਆਪਸ਼ਨਸ ਅਦਰ ਕੰਪੀਟੀਸ਼ਨ ਬ੍ਰਾਂਡ ਦੇ ਵਿੱਚ ਮੇਰੇ ਖਿਆਲ ਆਉਂਦੇ ਨੇ ਉਹਨਾਂ ਸਾਰਿਆਂ ਨਾਲੋਂ ਪਿਕਚਰ ਕੁਆਲਿਟੀ, ਸਾਊਂਡ ਕੁਆਲਿਟੀ ਬਹੁਤ ਬੈਟਰ ਹੈ। ਸਪੀਕਰਸ ਜਿਹੜੇ ਨੇ QLED 'ਚ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਸਾਊਂਡ ਨਹੀਂ ਹੁੰਦੀ, ਉਹਦੇ 'ਚ ਤਕਰੀਬਨ 20 ਵਾਟ ਦੇ ਸਪੀਕਰ ਲੱਗੇ ਹੋਏ ਨੇ। ਤੁਸੀਂ ਇਹਦੇ ਵਿੱਚ ਅਗਰ ਬਹੁਤ ਜ਼ਿਆਦਾ ਮਿਊਜ਼ਿਕ ਦੇ ਸ਼ੌਕੀਨ ਹੋ ਤਾਂ ਇਹਦੇ ਡੋਲਬੀ ਸਾਊਂਡ ਦਾ ਆਪਸ਼ਨ ਵੀ ਦਿੱਤਾ ਹੋਇਆ, ਠੀਕ ਹੈ ਜੀ। ਅਗਰ ਤੁਸੀਂ ਉਹਦੇ ਤੋਂ ਇਲਾਵਾ ਇਹਦੇ 'ਚ ਬਹੁਤ ਜ਼ਿਆਦਾ ਮਿਊਜ਼ਿਕ ਫਰੈਂਡਲੀ ਤੁਸੀਂ ਕੋਈ ਟੀਵੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦਾ ਜਿਹੜਾ ਸੈਕਿੰਡ ਬੈਸਟ ਮਾਡਲ ਹੈ ਉਹ ਵੀ ਲੈ ਸਕਦੇ ਹੋ, ਜਿਹਦੇ 'ਚ ਕਿ JBL ਦਾ ਬਾਰ, ਜੋ ਕਿ ਇਹਨਾਂ ਨੇ 102 ਵਾਟ ਦਾ ਬਾਰ ਜਿਹੜਾ ਇਹਦੇ 'ਚ ਇਨਬਿਲਟ ਦਿੱਤਾ ਹੋਇਆ, ਇਹਦੇ ਅਦਰ ਟੋਰੰਟੋ ਮਾਡਲ ਦੇ ਵਿੱਚ ਦਿੱਤਾ ਹੋਇਆ ਜੀ, ਟਰਨੈਂਡੋ ਮਾਡਲ ਦੇ ਵਿੱਚ ਦਿੱਤਾ ਹੋਇਆ ਜੀ, ਉਹ ਵੀ ਲੈ ਸਕਦੇ ਹੋ। ਅਦਰਵਾਈਜ਼ ਇਸ ਟੀਵੀ ਦੇ ਵਿੱਚ ਜਿੰਨੇ ਵੀ ਫੀਚਰ ਦਿੱਤੇ ਹੋਏ ਨੇ ਉਹ ਸਾਰੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਕਹਿ ਰਿਹਾ ਕਿ ਜਿਹੜਾ ਇਹਦਾ ਕੁਆਂਟਮ ਕੁਆਡ ਕੋਰ ਪ੍ਰੋਸੈਸਰ ਹੈ ਉਹ ਤੁਹਾਨੂੰ ਕਦੇ ਵੀ ਲੈਟ ਡਾਊਨ ਨਹੀਂ ਕਰੇਗਾ ਔਰ ਟੀਵੀ ਦਾ ਇੱਕ ਬੈਟਰ ਐਕਸਪੀਰੀਅੰਸ ਆਏਗਾ। ਅਗਰ ਤੁਸੀਂ ਘਰ ਦੇ ਵਿੱਚ ਬੈਠੇ ਸਿਨੇਮਾ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਾਈਸੈਂਸ ਦਾ QLED ਕਦੇ ਵੀ ਲੈਟ ਡਾਊਨ ਨਹੀਂ ਕਰੇਗਾ, ਸਰਵਿਸ ਅੱਜੋਂ ਕੋਈ ਪ੍ਰੋਬਲਮ ਨਹੀਂ, ਕੁਆਲਿਟੀ ਵੱਲੋਂ ਕੋਈ ਪ੍ਰੋਬਲਮ ਨਹੀਂ, ਔਰ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਾਈਸ ਜਿਹੜਾ ਦਿੱਤਾ ਜੀ ਉਹ ਤੁਹਾਡਾ ਪੋਕਟ ਫਰੈਂਡਲੀ ਹੈ, ਇਹਦੀਆਂ ਕਿਸ਼ਤਾਂ ਵੀ ਅਵੇਲੇਬਲ ਨੇ। ਇਸ ਕਰਕੇ ਆਓ ਆਪਣਾ ਕੋਈ ਵੀ ਪੁਰਾਣਾ ਟੀਵੀ ਲੈ ਕੇ ਨਵਾਂ ਟੀਵੀ ਲੈ ਕੇ ਜਾਓ ਜੋਲੀ ਰੈਫਰੀਜਰੇਸ਼ਨ ਤੋਂ, ਤੁਹਾਡਾ ਦੋਸਤ ਜੋਲੀ ਰੈਫਰੀਜਰੇਸ਼ਨ ਤੋਂ ਮੋਂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।